ਤੋਂ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਬਾਹਰ ਅਸੀਂ ਖੜੇ ਹੋਏ ਹਾਂ ਔਰ ਕੈਬਨਟ ਮੰਤਰੀ ਪੰਜਾਬ ਦੇ ਫਾਈਨਾਂਸ ਮਿਨਿਸਟਰ ਹਰਪਾਲ ਚੀਮਾ ਦੇ ਨਾਲ ਇਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਜਾਰੀ ਹੈ ਜੇਕਰ ਇਹ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਵਾਮ ਆਦਮੀ ਪਾਰਟੀ ਦੇ ਵੱਲੋਂ ਸ਼ੁਰੂਆਤ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਜਨਤਾ ਬਜਟ ਹੈ ਜਿਹੜਾ ਬਣਾਇਆ ਜਾਏਗਾ ਜਨਤਾ ਕਿਸ ਤਰ੍ਹਾਂ ਜਿਹੜੀ ਆਪਣੀ رائے ਆ ਉਹ ਰੱਖਦੀ ਹੈ ਉਸ ਚੀਜ਼ ਨੂੰ ਲੈ ਕੇ ਜਿਹੜਾ ਬਜਟ ਆ ਉਹ ਤਿਆਰ ਕੀਤਾ ਜਾਏਗਾ ਔਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਗੱਡੀਆਂ ਦੇ ਕਾਫਲੇ ਨੇ ਉਹ ਸ਼ਾਇਦ ਹੁਣ ਤੋਂ ਥੋੜੀ ਦੇਰ ਦੇ ਵਿੱਚ ਜਿਹੜੇ ਇੱਥੋਂ ਨਿਕਲਣਗੇ ਤਾ ਇਸ ਵਕਤ ਤੁਹਾਨੂੰ ਅਪਡੇਟ ਦੇ ਦੇਣਾ ਕਿ ਇਸ ਵਕਤ ਹਰਪਾਲ ਚੀਮਾ ਪੰਜਾਬ ਦੇ ਫਾਈਨੈਂਸ ਮਿਨਿਸਟਰ اور ਉਹਨਾਂ ਦੇ ਨਾਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋਨਾਂ ਦੀ ਜਿਹੜੀ ਮੀਟਿੰਗ ਹੈ ਉਹ ਜਾਰੀ ਹੈ ਕੁਝ ਹੀ ਦੇਰ ਦੇ ਵਿੱਚ ਜਿਹੜੀ ਮੀਟਿੰਗ ਖਤਮ ਹੋ ਸਕਦੀ ਹੈ ਤਾਂ ਮੁੱਖ ਤੌਰ ਤੇ ਜਨਤਾ ਬਜਟ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ رائے ਆ ਲੋਕਾਂ ਦੇ ਵੱਲੋਂ ਰੱਖੀਆਂ ਗਈਆਂ ਕਿਹੜੀਆਂ ਕਿੜੀਆਂ ਜਿਹੜੀਆਂ ਮੰਗਾਂ ਲੋਕਾਂ ਦੇ ਵੱਲੋਂ ਰੱਖੀਆਂ ਗਈਆਂ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਚਰਚਾ ਕੀਤੀ ਗਈ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਵਿਜ਼ਿਟ ਕੀਤਾ ਗਿਆ ਹੈ ਕੈਬਨਿਟ ਮੰਤਰੀ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਦੇ ਵੱਲੋਂ ਤਾਂ ਉਸ ਲੋਕਾਂ ਨੇ ਆਪਣੇ ਜ਼ਿਲ੍ਹੇ ਨੂੰ ਲੈ ਕੇ ਜਾਂ ਆਪਣੇ ਖਿੱਤੇ ਨੂੰ ਲੈ ਕੇ ਜਿਹੜੇ ਮੰਗਾ ਰੱਖੀਆਂ ਨੇ ਔਰ ਜ਼ਿਕਰ ਜ਼ਿਕਰ ਕਰ ਲਿਆ ਜਾਵੇ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਉਦਯੋਗਪਤੀ ਆ ਜਾਂ ਜਿਹੜੇ ਵਪਾਰੀ ਆ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਔਰ ਪੰਜਾਬ ਦੇ ਫਾਈਨਾਂਸ ਮਿਨਿਸਟਰ ਦੀ ਮੀਟਿੰਗ ਹੁੰਦੀ ਆ ਤਾਂ ਉਸ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਏਜੰਡੇ ਸੀ ਉਹ ਸਾਹਮਣੇ ਰੱਖੇ ਗਏ ਸੀ ਕਿ ਜਿਹੜਾ ਇਸ ਵਾਰ ਦਾ ਬਜਟ ਹੋਵੇ ਉਸ ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਨੂੰ ਤਰਜੀਹ ਦਿੱਤੀ ਜਾਵੇ ਔਰ ਖਾਸ ਜ਼ਿਕਰ ਜਦੋਂ ਅਸੀਂ ਕਰਦੇ ਆ ਜਿਸ ਤਰੀਕੇ ਦੇ ਨਾਲ ਤੁਸੀਂ ਦਿੱਲੀ ਦੇ ਵਿੱਚ ਬਜਟ ਦੇਖਿਆ ਹੋਗਾ ਤਾਂ ਦਿੱਲੀ ਦੇ ਵਿੱਚ ਲਗਾਤਾਰ ਜਿਹੜਾ ਹੈਲਥ ਔਰ ਐਜੂਕੇਸ਼ਨ ਦਾ ਬਜਟ ਆ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਹੈਗਾ ਜਿਹੜੇ ਪਹਿਲਾਂ ਦੇ ਨਾਲੋਂ ਜਿਹੜੇ ਪਰਸੈਂਟੇਜ ਰੱਖੀ ਜਾਂਦੀ ਹੈ ਉਸ ਨੂੰ ਪਰਸੈਂਟੇਜ ਨੂੰ ਵਧਾਇ ਪਿਛਲੇ ਸਾਲਾਂ ਦਾ ਜੇਕਰ ਤੁਸੀਂ ਬਜਟ ਤੇ ਝਾਤ ਮਾਰੋਗੇ ਤੁਸੀਂ 1980 ਤੋਂ ਬਾਅਦ ਲਗਾਤਾਰ ਜਦੋਂ ਬਜਟ ਤੇ ਝਾਤ ਮਾਰਦੇ ਆ ਤਾਂ ਪੰਜਾਬ ਦਾ এডਿਕੇਸ਼ਨ ਦਾ ਔਰ ਪੰਜਾਬ ਦਾ ਜਿਹੜਾ ਆ ਹੈਲਥ ਦਾ ਜਿਹੜਾ ਬਜਟ ਹੈ ਲਗਾਤਾਰ ਉਸ ਦੇ ਵਿੱਚ ਕਮੀ ਆ ਰਹੀ ਹੈ ਕਰੀਬ ਕਰੀਬ 3% ਤੱਕ ਜਿਹੜਾ ਇਹ ਬਜਟ ਮੰਨਿਆ ਜਾਂਦਾ ਹੈ ਕਿ ਹੈਲਥ ਦਾ ਰਹਿ ਚੁੱਕਾ ਤਾਂ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਸੂਬੇ ਅਜਿਹੇ ਨੇ ਖਾਸ ਤੌਰ ਤੇ ਜ਼ਿਕਰ ਦਿੱਲੀ ਦਾ ਜਿਨ੍ਹਾਂ ਨੇ ਐਜੂਕੇਸ਼ਨ ਔਰ ਹੈਲਥ ਨੂੰ ਲੈ ਕੇ ਖਾਸ ਤੌਰ ਤੇ ਜਿਹੜੀ ਪ੍ਰਾਇੋਰਟੀ ਹੈ ਉਹ ਰੱਖੀ ਹੈ ਖਾਸ ਤੌਰ ਤੇ ਜਿਹੜੀ ਤਰਜੀਹ ਹੈ ਉਹ ਬਜਟ ਦੇ ਵਿੱਚ ਇਹਨਾਂ ਦੋ ਸੈਕਟਰ ਨੂੰ ਦਿੱਤੀ ਜਾਂਦੀ ਹੈ ਕਿਉਂਕਿ ਜਿਹੜਾ ਇੱਕ ਚੰਗੇ ਭਵਿੱਖ ਦੇ ਨਿਰਮਾਣ ਦੇ ਲਈ ਇਹਨਾਂ ਦੋਨਾਂ ਚੀਜ਼ਾਂ ਤੇ ਜਿਹੜਾ ਫੋਕਸ ਕਰਨਾ ਬੇਹਦ ਜ਼ਰੂਰੀ ਹੁੰਦਾ ਹੈ ਚੰਗੀ ਸਿੱਖਿਆ ਔਰ ਚੰਗੀ ਸਿਹਤ ਸੁਧਾਰਾਂ ਦੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਈ ਸੀ ਤਾਂ ਤਿੰਨ ਮੁੱਦੇ ਮੁੱਖ ਤੌਰ ਤੇ ਰਹੀ ਸੀ ਸਿੱਖਿਆ ਸਿਹਤ ਔਰ ਰੋਜ਼ਗਾਰ ਤੋਂ ਇਲਾਵਾ ਜਿਹੜਾ ਇੱਕ ਬਿਜਲੀ ਦਾ ਮੁੱਦਾ ਤਾਂ ਜੇ ਇਹਦੇ ਵਿੱਚ ਜਿਹੜੀ ਇਸ ਬਜਟ ਦੇ ਵਿੱਚ ਕਿੰਨਾ ਜਿਹੜਾ ਪੈਸਾ ਉਹ ਨਵੀਆਂ ਨੌਕਰੀਆਂ ਦੇ ਲਈ ਰੱਖਿਆ ਜਾਣਾ ਹੈ ਕਿੰਨਾ ਪੈਸਾ ਜਿਹੜਾ ਉਹ ਸਿਹਤ ਸਹੂਲਤਾਂ ਦੇ ਲਈ ਰੱਖਿਆ ਜਾਏਗਾ ਕਿੰਨਾ ਪੈਸਾ ਹੋਏਗਾ ਜਿਹੜਾ ਐਜੂਕੇਸ਼ਨ ਸਹੂਲਤਾਂ ਦੇ ਲਈ ਰੱਖਿਆ ਜਾਏਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਮਾਡਰਨ ਸਕੂਲਾਂ ਦਾ ਜ਼ਿਕਰ ਕੀਤਾ ਜਾਂਦਾ ਹੈਗਾ ਚੰਗੇ ਸਕੂਲਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਸਮਾਰਟ ਸਕੂਲਾਂ ਦਾ ਜ਼ਿਕਰ ਕੀਤਾ ਜਾਂਦਾ ਉਸ ਦੇ ਲਈ ਪੈਸੇ ਦੀ ਜਿਹੜੀ ਸਖਤ ਜ਼ਰੂਰਤ ਹੋਏਗੀ ਉਹ ਪੈਸੇ ਬਜਟ ਹੈ ਉਹ ਜਿਹੜਾ ਅਸੀਂ ਕਹੇ ਲਈ ਐਜੂਕੇਸ਼ਨ ਦੇ ਲਈ ਰੱਖਿਆ ਜਣਾ ਔਰ ਦੂਜੇ ਪਾਸੇ ਜਿਹੜਾ ਮੁਹੱਲਾ ਕਲੀਨਿਕ ਦਾ ਜ਼ਿਕਰ ਹੁੰਦਾ ਹੈਗਾ ਮੁਹੱਲਾ ਕਲੀਨਿਕ ਔਰ ਵੱਡੇ ਹਸਪਤਾਲਾਂ ਦੀ ਜਿਹੜੀ ਮੰਗ ਹੈ ਉਹ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਆਵਾਮ ਆਦਮੀ ਪਾਰਟੀ ਕਰ ਦੇ ਰਹੀ ਹੈ ਤਾਂ ਮੁਹੱਲਾ ਕਲੀਨਿਕ ਨੂੰ ਕਿਸ ਤਰੀਕੇ ਦੇ ਨਾਲ ਕੰਮ ਕਰਵਾਉਣਾ ਹੈਗਾ ਤਾਂ ਉਸ ਦੇ ਲਈ ਵੀ ਇੱਕ ਵੱਡੇ ਬਜਟ ਦੀ ਜਿਹੜੀ ਜ਼ਰੂਰਤ ਹੈ ਉਹ ਜ਼ਰੂਰ ਹੋਏਗੀ ਤਾਂ ਜਿਹੇ ਦੇ ਵਿੱਚ ਜਿਹੜਾ ਹੈਲਥ ਨੂੰ ਲੈ ਕੇ ਹੈਲਥ ਨੂੰ ਲੈ ਕੇ ਜਿਹੜਾ ਬਜਟ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ ਉਸ ਦੇ ਵਿੱਚ ਵੀ ਕਜਾਫਾ ਕਰਨ ਦੀ ਜਿਹੜੀ ਜ਼ਰੂਰਤ ਆ ਉਹ ਹੋਏਗੀ ਤਾਂ ਹੈਲਥ ਨੂੰ ਲੈ ਕੇ ਬਜਟ ਨੂੰ ਲੈ ਕੇ ਵੀ ਅੱਜ ਦੀ ਜਿਹੜੀ ਚਰਚਾ ਕੀਤੀ ਜਾਏਗੀ ਦੂਜੇ ਪਾਸੇ ਖਰਚਾ ਤਾਂ ਹੋਏਗਾ ਪਰ ਇਹ ਪੈਸਾ ਕਿੱਥੋਂ ਆਏਗਾ ਕਮਾਈ ਕਿੱਥੋਂ ਹੋਏਗੀ ਪੰਜਾਬ ਸਰਕਾਰ ਨੂੰ ਕਮਾਈ ਦੇ ਲਈ ਮੁੱਖ ਤੌਰ ਤੇ ਦੋ ਤਿੰਨ ਚੀਜ਼ਾਂ ਇਹਨੇ ਚਾਹੇ ਅਸੀਂ ਗੱਲ ਕਰ ਲਈਏ ਪੰਜਾਬ ਦੇ ਜਿਹੜਾ ਸ਼ਰਾਬ ਦੀ ਜਿਹੜੀ ਪਾਲਿਸੀ ਬਣਦੀ ਹੈ ਉਸ ਦਾ ਜ਼ਿਕਰ ਕਰ ਲਈਏ ਸ਼ਰਾਬ ਪਾਲਿਸੀ ਤੋਂ ਇਲਾਵਾ ਪੰਜਾਬ ਦੀ ਮਾਈਨਿੰਗ ਪਾਲਿਸੀ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਇਹ ਦੋ ਤਿੰਨ ਸੈਕਟਰ ਅਜਿਹੇ ਨੇ ਜਿਨ੍ਹਾਂ ਸੈਕਟਰਾਂ ਤੋਂ ਪੈਸਾ ਜਿਹੜਾ ਉਹ ਕੱਢਿਆ ਜਾ ਸਕਦਾ ਹੈ ਪਿਛਲੇ ਸਾਲਾਂ ਦਾ ਜ਼ਿਕਰ ਕਰ ਲਈਏ ਤਾਂ ਲਗਾਤਾਰ ਜਿਹੜੀ ਇਸ ਸੈਕਟਰ ਦੇ ਵਿੱਚ ਕੋਈ ਜ਼ਿਆਦਾ ਕਮਾਈ ਜੇ ਕਹਿ ਲਈਏ ਕੋਈ ਵੱਡਾ ਜਿਹੜਾ ਵਾਧਾ ਹੈਗਾ ਉਹ ਕਮਾਈ ਦੇ ਵਿੱਚ ਨਹੀਂ ਹੋਇਆ ਹਾਲਾਂਕਿ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਕਿ 20000 ਕਰੋੜ ਰੁਪਏ ਜਿਹੜਾ ਉਹ ਕੱਢਿਆ ਜਾ ਸਕਦਾ ਹੈਗਾ ਜਾਂ ਸ਼ਰਾਬ ਮਾਫੀਆ ਦਾ ਜ਼ਿਕਰ ਕੀਤਾ ਲਗਾਤਾਰ ਜਿਹੜਾ ਟਰਾਂਸਪੋਰਟ ਮਾਫੀਆ ਦਾ ਜ਼ਿਕਰ ਕੀਤਾ ਜਾਂਦਾ ਸੀ ਬਹੁਤ ਸਾਰੇ ਮਾਫੀਆ ਦਾ ਵਿੱਚ ਜਿਹੜਾ ਪੰਜਾਬ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਸੀ ਜਿਹੜੇ ਸੈਕਟਰ ਤੋਂ ਕਹਿੰਦੇ ਸੀ ਕਿ ਕਮਾਈ ਕਰਕੇ ਜਿਹੜੇ ਪੈਸੇ ਨੇ ਉਹ ਚੰਗੇ ਕੰਮਾਂ ਤੇ ਲਗਾਏ ਜਾਣਗੇ ਜਦੋਂ ਵੀ ਪੰਜਾਬ ਸਰਕਾਰ ਦੇ ਵੱਲੋਂ ਕੋਈ ਨਵੇਂ ਐਲਾਨ ਕੀਤੇ ਜਾਂਦੇ ਸੀ ਦੂਜੇ ਪਾਸੇ 1 ਜੁਲਾਈ ਤੋਂ ਜਿਹੜਾ ਬਿਜਲੀ ਦੇ 300 ਯੂਨਟ ਫ੍ਰੀ ਕਰਨ ਦਾ ਜਿਹੜਾ ਸਿਲਸਿਲਾ ਉਹ ਵੀ ਸ਼ੁਰੂ ਹੋ ਰਿਹਾ ਤਾਂ ਬਿਜਲੀ ਫ੍ਰੀ ਕਰਨ ਦਾ ਜਿਹੜਾ ਸਿਲਸਿਲਾ ਉਸ ਦੇ ਲਈ ਵੀ ਇੱਕ ਵੱਡੇ ਬਜਟ ਦੀ ਜਿਹੜੀ ਜ਼ਰੂਰਤ ਹੈਗੀ ਉਹ ਹੋਏਗੀ ਤਾਂ ਅਜੇਹੇ ਦੇ ਵਿੱਚ ਜਿਹੜਾ ਉਸ ਨੂੰ ਲੈ ਕੇ ਕਿੰਨੇ ਕੁ ਪੈਸੇ ਚਾਹੀਦੇ ਹੋਣਗੇ ਉਹ ਤਮਾਮ ਜਿਹੜੀਆਂ ਚੀਜ਼ਾਂ ਨੇ ਖਰਚੇ ਵੀ ਬਹੁਤ ਸਾਰੇ ਨੇ ਐਲਾਨ ਵੱਡੇ ਕੀਤੇ ਗਏ ਨੇ 1000 ਰੁਪਿਆ ਮਹਿਲਾਵਾਂ ਦੇ ਲਈ ਜਿਹੜੀ ਯੋਜਨਾ ਉਹ ਲਗਭਗ 1 ਅਕਤੂਬਰ ਤੋਂ ਸ਼ਾਇਦ ਸ਼ੁਰੂ ਕੀਤੀ ਜਾ ਸਕਦੀ ਹੈ 1 ਅਕਤੂਬਰ ਜਾਂ 2 ਅਕਤੂਬਰ ਤੋਂ ਚੀਜ਼ ਜਿਹੜੀ ਸ਼ੁਰੂ ਕੀਤੀ ਜਾ ਸਕਦੀ ਹੈ ਤਾਂ ਉਸ ਦੇ ਲਈ ਵੀ ਬਜਟ ਦੇ ਵਿੱਚ ਪੈਸੇ ਦੀ ਜ਼ਰੂਰਤ ਹੋਏਗੀ ਮਹਿਲਾਵਾਂ ਦੇ ਲਈ ਪੰਜਾਬ ਦੇ ਵਿੱਚ ਫ੍ਰੀ ਸਫਰ ਪਹਿਲਾਂ ਤੋਂ ਚੱਲ ਰਿਹਾ ਹੈ ਜਿਹੜਾ ਉਹ ਬਜਟ ਕਿਸ ਚੰਚਨਾ ਦੇ ਵਿੱਚ ਜਿਹੜਾ ਵਧਾਉਣ ਦੀ ਗੱਲ ਕੀਤੀ ਗਈ ਸੀਗੀ ਰਾਸ਼ਨ ਦੀ ਹੋਮ ਡਿਲੀਵਰੀ ਦਾ ਜ਼ਿਕਰ ਕੀਤਾ ਗਿਆ ਸੀਗਾ तमाम ਜਦੋਂ ਇਹਨਾਂ ਚੋਣਵਾਦਿਆਂ ਨੂੰ ਸੁਣਦੇ ਆ ਤਾਂ ਇਹਨਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਜ਼ਿਕਰ ਹੁੰਦਾ ਕਿ ਪੈਸਾ ਜਿਹੜਾ ਇੱਕ ਮੁੱਖ ਤੌਰ ਤੇ ਜਿਹੜਾ ਅੜਿੱਕਾ ਸਾਹਮਣੇ ਆਉਂਦਾ ਔਰ ਕਮਾਈ ਦੇ ਸਾਧਨ ਕਿਤੇ ਨਾ ਕਿਤੇ ਵਧਾਉਣੇ ਪੈਣਗੇ ਇਸ ਦੇ ਲਈ ਜੇਕਰ ਤੁਸੀਂ ਜਿਹੜੇ ਸਰਕਾਰ ਦੇ ਖਰਚੇ ਆ ਜਾਂ ਕਹਿ ਲਈਏ ਕਿ ਸਰਕਾਰ ਦੀਆਂ ਜਿਹੜੀਆਂ ਸੁਵਿਧਾਵਾਂ ਉਹਨਾਂ ਨੂੰ ਦੇਣ ਦੇ ਲਈ ਤਾਂ ਇਹਦੇ ਵਿੱਚ ਪੂਰੇ ਬਜਟ ਦੇ ਵਿੱਚ ਜਿਹੜੀ ਲੋਕਾਂ ਵੱਲੋਂ ਡਿਮਾਂਡ ਕੀਤੀ ਗਈ ਹੈ ਲੋਕਾਂ ਵੱਲੋਂ ਆਪਣੇ ਲਈ ਜਿਹੜੀਆਂ ਮੰਗਾਂ ਕੀਤੀਆਂ ਗਈਆਂ ਉਹ ਮੰਗਾਂ ਨੂੰ ਪੂਰਤੀ ਕਿਸ ਤਰੀਕੇ ਦੇ ਨਾਲ ਹੋਏਗੀ ਜਿਹੜੀ ਸਰਕਾਰ ਬਚਤਾਂ ਦੀ ਗੱਲ ਕਰ ਰਹੀ ਹੈ ਕਿ ਅਸੀਂ ਜਿਹੜਾ ਪੈਸਾ ਬਹੁਤ ਸਾਰਾ ਬਚਾ ਰਹੇ ਹਾਂ ਇੱਕ ਐਮਐਲਏ ਇੱਕ ਪੈਨਸ਼ਨ ਦੇ ਜ਼ਰੀਏ ਜਿਹੜਾ ਪ ਉੰਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਹੀ ਹੋਰ ਸਾਰੇ ਬਹੁਤ ਸਾਰੇ ਨਵੇਂ ਤਰੀਕੇ ਜਿਹੜੇ ਪੰਜਾਬ ਸਰਕਾਰ ਵੱਲੋਂ ਅਪਣਾਏ ਗਏ ਜਿਸ ਤਰੀਕੇ ਦੇ ਨਾਲ ਜਿਹੜੀਆਂ ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਆ ਉਹ ਛਡਵਾਏ ਜਾ ਰਹੇ ਆ ਤਾਂ ਉਹ ਜਿਹੇ ਇਹ ਦੇ ਵਿੱਚ ਜਿਹੜੀਆਂ ਉਹ ਤਮਾਮ ਚੀਜ਼ਾਂ ਨੇ ਉਹ ਅੱਜ ਏਜੰਡਾ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਰੱਖਿਆ ਜਾਏਗਾ ਔਰ ਮੁੱਖ ਮੰਤਰੀ ਪੰਜਾਬ ਦੇ ਨਾਲ ਡਿਸਕਸ ਕੀਤਾ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਬਜਟ ਹੋਏਗਾ ਕਿਉਂਕਿ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਇਹ ਪਹਿਲਾ ਬਜਟ ਹੈ ਦਿੱਲੀ ਤੋਂ ਬਾਅਦ ਕਿਉਂਕਿ ਪਹਿਲੀ ਵਾਰ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਬਣੀ ਹੈ ਤਾਂ ਆਮ ਆਦਮੀ ਪਾਰਟੀ ਦਾ ਇਹ ਪਹਿਲਾ ਬਜਟ ਹੋਏਗਾ ਜਿਹੜ ਜੋ ਬਜਟ ਪੇਸ਼ ਕਰਨ ਜਾ ਰਿਹਾ ਜਿਹਦੇ ਵਿੱਚ ਰੱਖਿਆ ਨੂੰ ਲੈ ਕੇ ਵੀ ਜਿਹੜਾ ਇੱਕ ਬਜਟ ਰੱਖਿਆ ਜਾਏਗਾ ਕਿਉਂਕਿ ਦਿੱਲੀ ਦੇ ਵਿੱਚ ਪੁਲਿਸ ਹੈ ਜਿਹੜੀ ਉਹ ਦਿੱਲੀ ਸਰਕਾਰ ਕੋਲੇ ਨਹੀਂ ਹੈ ਦਿੱਲੀ ਸਰਕਾਰ ਕੋਲੇ ਬਹੁਤ ਸਾਰੇ ਡਿਪਾਰਟਮੈਂਟ ਅਜਿਹੇ ਨੇ ਜਿਹੜੇ ਦਿੱਲੀ ਸਰਕਾਰ ਦੇ ਅਧੀਨ ਸਿੱਧੇ ਤਰੀਕੇ ਦੇ ਨਾਲ ਨਹੀਂ ਆਉਂਦੇ ਤਾਂ ਜਾ ਕਹਿ ਲਿਆ ਕਿ ਉਹਨਾਂ ਦੇ ਕੋਲੇ ਡਿਪਾਰਟਮੈਂਟ ਆਉਂਦੇ ਨਹੀਂ ਖਾਸ ਤੌਰ ਤੇ ਰੱਖਿਆ ਦਾ ਡਿਪਾਰਟਮੈਂਟ ਪਰ ਪੰਜਾਬ ਦੇ ਵਿੱਚ ਇੱਕ ਪੁਲਿਸ ਦਾ ਡਿਪਾਰਟਮੈਂਟ ਵੱਡਾ ਡਿਪਾਰਟਮੈਂਟ ਹੈ ਤਾਂ ਅਜਿਹੇ ਦੇ ਵਿੱਚ ਚੈਲੰਜ ਹੋਏਗਾ ਕਿ ਆਮ ਆਦਮੀ ਪਾਰਟੀ ਦਾ ਇਹ ਬਜਟ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਫਿਲਹਾਲ ਦੇਸ਼ ਔਰ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਦੇਖਦੇ ਰਹੋ এব